ब्रॉडवे तुहाडे विदेश जाण दे सुपनियां नूं देवेगा हकीकत दी उड़ान। सत श्री अकाल जी, स्वागत है सारिआं दा। मैं हाँ गुरजीत सिंह। और दोस्तों, इस समय गल करिए तां हर कोई चाहुंदा कि असीं कैनेडा जाणा जां असीं स्टडी बेस ते जाणा, असीं टूरिस्ट बेस ते जाणा। पर टूरिस्ट बेस ते जदों जाणा उहदे बड़े सवाल खड़े हुंदे ने, बई असीं जाणा वी हैगा, पैसे बहुत ने, कि असीं जाणा पर घट खर्चा हो सकदा। पर एक खुशखबरी कह सकदे वी लो बजट जिहड़ा इनकम जिहड़ा उह कैनेडा जा सकदा। किवें जा सकदा, उह सारी जानकारी आपां लवांगे साडे नाल ब्रॉडवे दे सीनियर सलाहकार हीना मेहरा जी ने। हीना जी, पहला बहुत स्वागत तुहाडे। ਸਤਿ ਸ਼੍ਰੀ ਅਕਾਲ ਜੀ। ਇਹਨਾਂ ਜੀ, ਜਿਵੇਂ ਹਰ ਕੋਈ ਚਾਹੁੰਦਾ ਤਾਂ ਹੈਗਾ ਜੀ ਅਸੀਂ ਕੈਨੇਡਾ ਜਾਣਾ, ਪਰ ਕੀ ਇਹਦੇ 'ਚ ਘੱਟ ਇਨਕਮ ਵਾਲਾ ਬੰਦਾ ਕੈਨੇਡਾ ਜਾ ਸਕਦਾ ਹੈ? ਜੀ ਸਰ, ਬਿਲਕੁਲ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਜੋ ਵੀ ਕੈਨੇਡਾ ਦੇ ਰਿਜ਼ਲਟ ਇਸ ਟਾਈਮ 'ਤੇ ਚੱਲ ਰਹੇ ਨੇ, ਸੋ ਇੱਕ ਪੀਕ ਸੈਸ਼ਨ ਆਉਂਦਾ ਹੈ, ਹਰ ਸਾਲ ਆਉਂਦਾ ਹੈ, ਸਾਲ 'ਚ ਇੱਕ ਵਾਰੀ ਵੀ ਆਉਂਦਾ, ਦੋ ਵਾਰੀ ਵੀ ਆਉਂਦਾ। ਸੋ ਇਸ ਟਾਈਮ 'ਤੇ ਪੀਕ ਸੈਸ਼ਨ ਚੱਲ ਰਿਹਾ ਹੈ, ਬਹੁਤ ਸਾਰੇ ਰਿਜ਼ਲਟ ਪੋਜ਼ਿਟਿਵ ਦੇਖਣ ਨੂੰ ਮਿਲ ਰਹੇ ਨੇ। ਬਸ ਇੱਕ ਫਾਈਲ ਪ੍ਰੈਜੈਂਟੇਸ਼ਨ ਦੀ ਗੱਲ ਕਰੀਏ, ਅਗਰ ਤੁਹਾਡੀ ਫਾਈਲ ਵਧੀਆ ਬਣੀ ਹੈ ਤਾਂ ਤੁਸੀਂ ਲੋ ਇਨਕਮ 'ਤੇ ਵੀ ਅਪਲਾਈ ਕਰ ਸਕਦੇ ਹੋ। ਬਹੁਤ ਸਾਰੇ ਲੋਕਾਂ ਦਾ ਬੇਸਿਕ ਕੁਐਸਚਨ ਰਹਿੰਦਾ ਹੈ ਕਿ ਮੈਮ, ਅਗਰ ਅਸੀਂ ਬਿਜ਼ਨਸ ਆਪਣੀ ਫਾਈਲ ਦਿਖਾਵਾਂਗੇ ਬਿਜ਼ਨਸਮੈਨ ਦੀ, ਕੀ ਤਾਂ ਹੀ ਸਾਡਾ ਵੀਜ਼ਾ ਆਏਗਾ? ਅਦਰਵਾਈਜ਼ ਸਾਡੀ ਲੋਅ ਪ੍ਰੋਫਾਈਲ 'ਤੇ ਵੀ ਜਾਂ ਲੋਅ ਇਨਕਮ 'ਤੇ ਵੀ ਵੀਜ਼ੇ ਆ ਸਕਦੇ ਨੇ। ਸੋ ਬਿਲਕੁਲ, ਕੁਛ ਸਾਡੇ ਕੋਲ ਵੀਜ਼ੇ ਇੱਦਾਂ ਦੇ ਵੀ ਨੇ ਜੋ ਕਿ ਲੋਅ ਇਨਕਮ ਦੇ ਨਾਲ ਆਏ ਨੇ। ਸੋ ਜਿਨ੍ਹਾਂ ਦੀ ਇਨਕਮ 15,000 to 20,000 ਹੈ, ਮੈਂ ਉਹਨਾਂ ਨੂੰ ਵੀ ਕਹਾਂਗੀ ਕਿ ਤੁਸੀਂ ਆਪਣਾ ਕੇਸ ਅਪਲਾਈ ਕਰੋ, ਇਹ ਬਿਲਕੁਲ ਸਹੀ ਟਾਈਮ ਹੈ। ਤਾਂ ਹੀਨਾ ਜੀ, ਜਦੋਂ ਕਿਸੇ ਨੇ ਕਹਿ ਲਓ ਟੂਰਿਸਟ ਵੀਜ਼ਾ ਕੈਨੇਡਾ ਦਾ ਲੈਣਾ ਹੋਵੇ, ਤਾਂ ਬੜੀਆਂ ਰਿਕੁਆਇਰਮੈਂਟ ਹੁੰਦੀਆਂ ਨੇ ਜੀ। ਤੁਹਾਡੇ ਫੰਡ ਇੰਨਾ ਚਿਰ ਪੁਰਾਣਾ ਚਾਹੀਦੇ ਨੇ, ਤੁਹਾਡੇ ਅਕਾਊਂਟ ਦੇ ਵਿੱਚ ਘੱਟ ਤੋਂ ਘੱਟ ਵੀ, ਮੈਂ ਕਹਿੰਦਾ ਵੀ ਜੇ ਹੈਗਾ ਨਹੀਂ ਮੇਰੇ ਵਰਗਾ ਗਰੀਬ ਮਾਤੜ ਹੈਗਾ, ਤਾਂ ਉਹਨੂੰ ਵੀ ਕਹਿੰਦੇ ਵੀ ਨਹੀਂ, ਜਿੱਥੋਂ ਮਰਜ਼ੀ ਕਰ 14-15 lakh rupees ਤੇਰੇ ਖਾਤੇ 'ਚ ਹੋਣਾ ਚਾਹੀਦਾ। ਫਿਰ ਉਹ ਕੀ ਚੀਜ਼, ਉਹ ਕੀ ਪ੍ਰੋਸੀਜਰ ਹੁੰਦਾ? ਸਰ, ਅਗਰ ਮੈਂ ਇਸ ਚੀਜ਼ ਦਾ ਆਨਸਰ ਦੇਵਾਂ ਤਾਂ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਕਿਸੇ ਵੀ ਇਮੀਗ੍ਰੇਸ਼ਨ ਦੀ ਵੈਬਸਾਈਟ 'ਤੇ ਕਦੀ ਵੀ ਇੱਕ ਪਰਟੀਕੁਲਰ ਅਮਾਊਂਟ ਨਹੀਂ ਲਿਖੀ ਹੋਈ ਕਿ ਤੁਹਾਡੇ ਅਕਾਊਂਟ ਦੇ ਵਿੱਚ ਇੰਨੀ ਇਨਕਮ ਹੋਣੀ ਚਾਹੀਦੀ ਹੈ, ਜਾਂ ਫਿਰ ਤੁਹਾਡੇ ਕੋਲ ਸੇਵਿੰਗ ਅਮਾਊਂਟ ਇੰਨੀ ਪੁਰਾਣੀ ਇੰਨੀ ਹੋਣੀ ਚਾਹੀਦੀ ਹੈ। ਸੋ ਇੱਕ ਤੁਹਾਡਾ ਆਪਣਾ ਬੇਸਿਕ ਹੈ ਕਿ ਤੁਸੀਂ ਕਿੰਨਾ ਅਰਨ ਕਰਦੇ ਹੋ, ਕਿੰਨਾ ਤੁਸੀਂ ਜੋੜਿਆ, ਕਿੰਨਾ ਪੁਰਾਣਾ ਰੱਖਿਆ ਹੋਇਆ, ਇਹ ਸਭ ਚੀਜ਼ਾਂ ਅੰਬੈਸੀ ਦੇਖਦੀ ਹੈ। ਔਰ ਅੰਬੈਸੀ ਦਾ ਜਿਹੜਾ ਫੋਕਸ ਹੈ ਜ਼ਿਆਦਾਤਰ ਉਹ ਰਹਿੰਦਾ ਹੈ ਸਟੇਟਮੈਂਟ ਦੇ ਉੱਤੇ, ਨਾ ਕਿ ਬੈਲੈਂਸ ਦੇ ਉੱਤੇ। ਸੋ ਸਟੇਟਮੈਂਟ ਉਹ ਇੱਕ ਤਰਫਾ ਦੇਖਦੇ ਨੇ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੀ ਜੋ ਮੇਨਟੇਨ ਕੀਤੀਆਂ ਹੋਈਆਂ ਨੇ, ਜਿੱਦਾਂ ਤੁਸੀਂ ਕਿੱਦਾਂ ਦੀਆਂ ਟ੍ਰਾਂਜੈਕਸ਼ਨ ਉਹਦੇ ਵਿੱਚ ਕਰ ਰਹੇ ਹੋ, ਉਹ ਚੀਜ਼ ਮੈਟਰ ਕਰਦੀ ਹੈ। ਬੈਲੈਂਸ ਤਾਂ ਚਾਹੀਦਾ ਹੀ ਹੈ, ਅਗਰ ਤੁਸੀਂ ਕਿਸੇ ਕੰਟਰੀ 'ਚ ਟੂਰਿਸਟ ਵੀਜ਼ਾ ਲੈ ਰਹੇ ਹੋ, ਉਹਦੇ ਲਈ ਤੁਹਾਡੇ ਕੋਲ ਬੈਂਕ ਬੈਲੈਂਸ ਹੋਣਾ ਚਾਹੀਦਾ, ਲੇਕਿਨ 15-20 lakh ਨਹੀਂ ਹੋਣਾ ਚਾਹੀਦਾ। ਜਿੰਨਾ ਤੁਸੀਂ ਇੱਕ ਵਾਰ ਜਾ ਸਕੋ ਅਤੇ ਵਾਪਸ ਆ ਕੇ ਉਸ ਚੀਜ਼ ਨੂੰ ਕਵਰ ਕਰ ਸਕੋ, ਉਨੀ ਅਮਾਊਂਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਤਾਂ ਹੀਨਾ ਜੀ, ਜਿਵੇਂ ਤੁਸੀਂ ਕਹੇ ਵੀ ਲੋਅ ਇਨਕਮ ਦੇ ਨਾਲ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ, ਅਤੇ ਗਰੰਟੀ ਵੀ ਹੈ ਕਿ ਕਿਸੇ ਨਾ ਕਿਸੇ ਹੱਦ ਤੱਕ ਉਹ ਵੀਜ਼ਾ ਆ ਸਕਦਾ ਹੈ। ਪਰ ਜੇ ਕਿਸੇ ਨੇ ਸਪਾਊਸ ਲਾਉਣਾ ਹੈ ਅਤੇ ਲੋਅ ਇਨਕਮ 'ਤੇ ਲਾਉਣਾ, ਤਾਂ ਉਹਦਾ ਕੀ ਪ੍ਰੋਸੀਜਰ ਔਰ ਕਿੰਨੀ ਕੁ ਸ਼ੋਰਟੀ ਹੈਗੀ ਕਿ ਉਹਦਾ ਵੀਜ਼ਾ ਆ ਸਕਦਾ? ਦੇਖੋ ਸਰ, ਸਪਾਊਸ ਦੇ ਨਾਲ ਅਪਲਾਈ ਕਰਨਾ ਹੈ ਜਾਂ ਫਿਰ ਉਹਦੇ ਵਿੱਚ ਫੈਮਿਲੀ ਵੀ ਆ ਜਾਂਦੀ ਹੈ, ਠੀਕ ਹੈ, ਕਿ ਤੁਸੀਂ ਫੈਮਿਲੀ ਦੇ ਨਾਲ ਵੀ ਅਪਲਾਈ ਕਰਨਾ, ਉਹਦੇ ਵਿੱਚ ਲੋਅ ਇਨਕਮ ਵਾਲਿਆਂ ਨੂੰ ਥੋੜ੍ਹੀ ਦਿੱਕਤ ਆਏਗੀ, ਕਿਉਂਕਿ ਅਗਰ ਤੁਹਾਡੀ ਇਨਕਮ 15,000 to 20,000 ਹੈ ਤਾਂ ਤੁਸੀਂ ਜਾਣਾ ਚਾਹੁੰਦੇ ਹੋ ਫੈਮਿਲੀ ਦੇ ਨਾਲ, ਅਤੇ ਉਹ ਇੰਪੋਸੀਬਲ ਵਾਲੀ ਗੱਲ ਹੈ। ਅਗਰ ਤੁਸੀਂ ਸਿੰਗਲ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਆਪਣਾ ਪਰਪਸ ਆਫ ਵਿਜ਼ਿਟ ਕਲੀਅਰ ਕਰੋ, ਤੁਸੀਂ ਆਪਣਾ ਵਾਪਸ ਆਉਣ ਦੇ ਰੀਜ਼ਨ ਜੋ ਵੀ ਟਾਇਜ ਨੇ, ਫੈਮਿਲੀ ਟਾਇਜ ਸ਼ੋਅ ਕਰੋ, ਆਪਣਾ ਪਲਾਨ ਆਪਣੀ ਕਵਰਿੰਗ ਦੇ ਵਿੱਚ ਪੂਰਾ ਐਕਸਪਲੇਨ ਕਰੋ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਹੜੀ ਕੰਟਰੀ 'ਚ ਜਾ ਰਹੇ ਹੋ, 1% ਕੈਨੇਡਾ ਜਾ ਰਹੇ ਹੋ, ਕਿੰਨੇ ਦਿਨਾਂ ਲਈ ਜਾ ਰਹੇ ਹੋ, ਕਿੰਨੀ ਡੇਟ ਤੋਂ ਲੈ ਕੇ ਕਿੰਨੀ ਡੇਟ ਤੱਕ ਦੀ ਤੁਹਾਡੀ ਹੋਟਲ ਬੁਕਿੰਗ ਹੈ, ਕਿੱਥੇ ਕਿੱਥੇ ਤੁਸੀਂ ਜਾ ਕੇ ਵਿਜ਼ਿਟ ਕਰੋਗੇ, ਕੀ ਤੁਸੀਂ ਸੋਚਿਆ। ਅਗਰ ਅਸੀਂ ਇੰਡੀਆ ਤੋਂ ਵੀ ਅਸੀਂ ਗੱਲ ਕਰੀਏ, ਅਸੀਂ ਕਿਤੇ ਘੁੰਮਣ ਜਾ ਰਹੇ ਹਾਂ, ਸਪੋਜ਼ ਸ਼ਿਮਲੇ ਜਾ ਰਹੇ ਹਾਂ, ਅਸੀਂ ਪਲਾਨ ਕਰਦੇ ਹਾਂ ਸਾਰੀਆਂ ਚੀਜ਼ਾਂ, ਉਹੀ ਪਲਾਨ ਤੁਸੀਂ ਅਗਰ ਕੈਨੇਡਾ ਦੇ ਲਈ ਕਰ ਰਹੇ ਹੋ ਤਾਂ ਆਪਣੀ ਕਵਰਿੰਗ ਦੇ ਵਿੱਚੋਂ ਮੈਨਸ਼ਨ ਕਰੋ, ਤਾਂ ਕਿ ਜੋ ਫਾਈਲਿੰਗ ਆਫੀਸਰ ਆ ਉਹਨੂੰ ਤੁਹਾਡੀ ਫਾਈਲ ਦੇਖ ਕੇ ਜੈਨੂਅਨ ਲੱਗੇ। ਤਾਂ ਹੀਨਾ ਜੀ, ਤੁਸੀਂ ਕਿਹਾ ਵੀ ਫਾਈਲ ਜੈਨੂਅਨ ਲੱਗੇ, ਔਰ ਜੈਨੂਅਨ ਲੱਗਣ ਦੇ ਲਈ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਔਰ ਕੀ ਐਡ ਜਿਹੜਾ ਉਹਨੂੰ ਨਾਲ ਕਰਨਾ ਚਾਹੀਦਾ ਜਿਹਦੇ ਨਾਲ ਵੀਜ਼ਾ ਪੋਸੀਬਲ ਹੋ ਕੇ ਹਾਂ ਵੀ ਵੀਜ਼ਾ ਆ ਜਾਵੇਗਾ? ਦੇਖੋ ਸਰ, ਪੋਸੀਬਲ ਤਾਂ ਰਹਿੰਦਾ ਹੀ ਹੈ, ਆਪਾਂ ਫਾਈਲ ਲਗਾਉਣੀ ਹੈ, ਅੰਬੈਸਡਰ ਨੇ ਵੀਜ਼ਾ ਦੇਣਾ ਹੈ, ਪੋਜ਼ਿਟਿਵ ਰਿਜ਼ਲਟ ਵੀ ਆ ਸਕਦਾ, ਨੈਗੇਟਿਵ ਰਿਜ਼ਲਟ ਵੀ ਆ ਸਕਦਾ, ਕਿਉਂਕਿ ਟੂਰਿਸਟ ਵੀਜ਼ਾ ਹੈ। ਆਪਣੀ ਫਾਈਲ ਦੀ ਪ੍ਰੈਜੈਂਟੇਸ਼ਨ ਸਹੀ ਰੱਖਣੀ ਚਾਹੀਦੀ ਹੈ, ਜੋ ਚੈੱਕਲਿਸਟ ਦੇ ਵਿੱਚ ਡਾਕੂਮੈਂਟ ਨੇ, ਸਟੇਟਮੈਂਟ ਹੈ, ਬੈਂਕ ਬੈਲੈਂਸ ਹੈ, ਕਵਰਿੰਗ ਲੈਟਰ ਹੈ, ਠੀਕ ਹੈ, ਪਲਾਨ ਹੈ, ਆਈਟਨਰੀ, ਸਭ ਕੁਝ ਐਡ ਕਰੋ ਤੁਸੀਂ। ਇਹ ਸਭ ਚੀਜ਼ਾਂ ਨੂੰ ਐਡ ਕਰਨ ਦੇ ਨਾਲ ਹੀ ਤੁਹਾਡੀ ਫਾਈਲ ਸਟਰੋਂਗ ਬਣੇਗੀ। ਅਗਰ ਤੁਹਾਡੀ ਫਾਈਲ ਸਟਰੋਂਗ ਹੈ, ਤੁਹਾਡਾ ਜੋ ਵੀ ਕੰਸਲਟੈਂਟ ਹੈ ਉਹ ਕਹਿ ਰਿਹਾ ਹੈ ਕਿ ਹਾਂ ਤੁਸੀਂ ਚੈੱਕਲਿਸਟ ਦੇ ਅਕੋਰਡਿੰਗ, ਕਿਉਂਕਿ ਸਮਟਾਈਮ ਕੰਸਲਟੈਂਟ ਵੀ ਸਹੀ ਤਰੀਕੇ ਨਾਲ ਗਾਈਡ ਨਹੀਂ ਕਰਦੇ, ਉਹਨਾਂ ਨੂੰ ਹੁੰਦਾ ਕਿ ਕੋਈ ਕਲਾਇੰਟ ਆਏ, ਆਪਣਾ ਕੇਸ ਅਪਲਾਈ ਕਰੇ, ਕੇਸ ਅਪਲਾਈ ਕਰਨ ਤੋਂ ਬਾਅਦ ਉਹਨਾਂ ਦਾ ਈਜ਼ੀਲੀ ਸਾਰਾ ਹੋ ਜਾਏ, ਬਸ ਉਹਨਾਂ ਨੂੰ ਇਹ ਹੁੰਦਾ ਕਿ ਤੁਸੀਂ ਸਿਰਫ ਅਪਲਾਈ ਕਰੋ, ਰਿਜ਼ਲਟ ਪੋਜ਼ਿਟਿਵ ਆਏ, ਨੈਗੇਟਿਵ ਆਏ। ਸੋ ਜਦੋਂ ਤੁਸੀਂ ਆਪਣੀ ਫਾਈਲ ਬਣਾਓ, ਕੰਸਲਟੈਂਟ ਨੂੰ ਤਾਂ ਦਿਖਾਓ, ਉਸ ਤੋਂ ਬਾਅਦ ਵਿੱਚ ਤੁਸੀਂ ਸੈਲਫ ਚੈੱਕ ਵੀ ਕਰੋ, ਔਨਲਾਈਨ ਚੈੱਕ ਕਰੋ ਕਿ ਅਸੀਂ ਸਾਰੀ ਚੀਜ਼ਾਂ ਸਹੀ ਲਗਾਈਆਂ ਨੇ, ਅਗਰ ਉਹ ਸਹੀ ਹੈ ਦੈਨ ਤੁਸੀਂ ਆਪਣੀ ਫਾਈਲ ਅਪਲੋਡ ਕਰਵਾਓ।
ਤਾਂ ਬਿਲਕੁਲ ਜੀ ਜਾਣਕਾਰੀ ਦੇਣ ਲਈ ਹਿੰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤਾਂ ਬਿਲਕੁਲ ਜੀ ਜੇ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਬ੍ਰੌਡਵੇ ਦੇ ਹੈਲਪਲਾਈਨ ਨੰਬਰ ਥੱਲੇ ਦਿੱਤੇ ਹੋਏ ਨੇ ਉਹਨਾਂ ਤੇ ਜਾ ਕੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਔਰ ਜਿਹੜੇ ਅੱਜ ਦੇ ਸਾਡੇ ਗੈਸਟ ਸੀ ਉਸੀ ਹਿੰਨਾ ਮਹਿਰਾ ਬ੍ਰੌਡਵੇ ਦੇ ਸੀਨੀਅਰ ਸਲਾਹਕਾਰ। ਔਰ ਮੈਨੂੰ ਤੇ ਆਜ਼ਾਦ ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।